ਹਾਂਜੀ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਆਸ ਕਰਦਾ ਹਾਂ ਤੁਸੀਂ ਆਪਣੇ ਘਰੇ ਸਾਰੇ ਵਧੀਆ ਚੰਗੇ ਹੋਵੋਗੇ ਤੁਹਾਡੇ ਪੇਪਰ ਬਹੁਤ ਵਧੀਆ ਜਾ ਰਹੇ ਹੋਣਗੇ ਠੀਕ ਹੈ ਜੀ ਕੱਲ ਨੂੰ ਹੋਣ ਵਾਲੇ ਤੁਹਾਡੇ ਵਾਸਤੇ ਕੰਪਿਊਟਰ ਸਾਇੰਸ ਦੇ ਪੇਪਰ ਲੈ ਕੇ ਆਏ ਆ ਰੀਅਲ ਵਾਲਾ ਪੇਪਰ ਠੀਕ ਹੈ ਜੀ ਤੇ ਇਹ ਦੋਨੋਂ ਮੀਡੀਅਮ ਦੇ ਵਿੱਚ ਅਵੇਲੇਬਲ ਹੈ ਹੈਨਾ ਐ ਨਹੀਂ ਹੈਗਾ ਕਿ ਖਾਲੀ ਇੰਗਲਿਸ਼ ਦੇ ਵਿੱਚ ਪਾਇਆ ਹੋਇਆ ਪੰਜਾਬੀ ਦੇ ਵਿੱਚ ਪਾਇਆ ਹੋਇਆ ਦੋਨੋਂ ਮੀਡੀਅਮ ਦੇ ਵਿੱਚ ਕੁਸ਼ਨ ਆਨਸਰ ਸਾਰਾ ਕੁਝ ਤੁਹਾਡੇ ਲਈ ਲੱਭ ਕੇ ਇੱਥੇ ਰੱਖਿਆ ਹੋਇਆ ਠੀਕ ਹੈ ਜੀ ਕੱਲ ਲਈ ਤੁਹਾਡੇ ਲਈ ਬੜਾ ਇੰਪੋਰਟੈਂਟ ਹੋਣ ਵਾਲਾ ਕੁਸ਼ਨ ਤਾਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਆਪਣੇ ਫਰੈਂਡ ਨਾਲ ਵੀ ਕੀ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਚੈਨਲ ਨੂੰ ਬੱਚੇ ਸਬਸਕ੍ਰਾਈਬ ਕਰ ਲਿਓ ਇਹਨਾਂ ਨਿ ਕਰਦੇ ਹੋ ਚਲੋ سٹਾਰਟ ਕਰਦੇ ਆ ਪਹਿਲਾ ਕੁਸ਼ਨ ਆ ਸਾਡੇ ਕੋਲ ਕਿਹੜਾ ਡੈਸ਼ ਇਸ ਦਾ ਡਿਵਾਈਸ दैट ਅਲਾਉ ਯੂ ਟੂ ਕਨੈਕਟ ਮਲਟੀਪਲ ਕੰਪਿਊਟਰ ਟੂ ਅ ਸਿੰਗਲ ਨੈਟਵਰਕ ਤਾ ਉਹ ਕੀ ਹੁੰਦਾ ਬੱਚੇ ਹੱਬ ਹੁੰਦਾ ਉਪਕਰਣ ਜਿਹੜਾ ਤੁਹਾਨੂੰ ਕੰਪਿਊਟਰ ਨੂੰ ਇੱਕ ਨੈਟਵਰਕ ਉੱਪਰ ਕਰਨ ਨਾਲ ਜੋੜਨ ਦੀ ਆਗਿਆ ਦਿੰਦਾ ਹੈ ਕਿਹੜਾ ਹੁੰਦਾ ਹੱਬ ਠੀਕ ਹੈ ਜੀ ਯਾਦ ਰੱਖਿਓ ਇਸ ਚੀਜ਼ ਨੂੰ ਅਗਲਾ ਆਂਦਾ ਇਨ ਡੈਸ਼ ਨੈਟਵਰਕ ਟਪੋਲੋਜੀ ਅ ਸਿੰਗਲ ਬੈਕਬੋਨ ਕੇਬਲ ਇਜ਼ ਸ਼ੇਅਰਡ ਬਾਈ ਦਾ ਡਿਵਾਈਸਸ ਕਿਹੜਾ ਆ ਗਿਆ ਉਹ ਬੱਸ ਠੀਕ ਹੈ ਜੀ ਨਾਲ ਪੰਜਾਬੀ ਵਿੱਚ ਕੁਝ ਲਿਖੇ ਹੋਏ ਨੇ ਕਿ ਤਾਂ ਮੈਂ ਇੱਕੋ ਹੀ ਲੈਂਗੁਏਜ ਵਿੱਚ ਪੜ੍ਹਾਂ Gmail is a free email service provided by ਤਾਂ ਜਿਹੜੀ Gmail ਹੁੰਦੀ ਹੈ ਸਾਨੂੰ ਕੌਣ ਪ੍ਰੋਵਾਈਡ ਕਰਦਾ ਹੈ Google ਦੁਆਰਾ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਸ ਦੇ ਦੁਆਰਾ Google ਦੁਆਰਾ ਠੀਕ ਹੈ ਜੀ ਆਜੋ ਜੀ ਇਹ ਹੁਣ Google ਹੈ ਘਰੇ ਤੂੰ ਬੱਤੀ ਵਾਲੀ Google ਨਹੀਂ ਹੈਗੀ ਇਹ Google Google ਵਾਲੀ ਹੈ ਚਲੋ ਅਗਲਾ ਜੀ ਚੌਥਾ ਕੁਸ਼ਚਨ ਹੈ ਇਸ ਦਾ ਕੰਪਿਊਟਰ ਪ੍ਰੋਗਰਾਮ ਦੈਟ ਰੈਪਲੀਕੇਟਸ ਇਟਸੈਲਫ ਇੰਟੂ ਅਦਰ ਕੰਪਿਊਟਰ ਪ੍ਰੋਗਰਾਮ ਤਾਂ ਬੱਚੇ ਹੋਗੀ ਹੁੰਦਾ ਵਾਇਰਸ ਹੁੰਦਾ ਮਤਲਬ ਆਪਣੇ ਆਪ ਨੂੰ ਨਾ ਬਾਰ ਬਾਰ ਰੈਪਲੀਕੇਟ ਕਰਦਾ ਰਹਿੰਦਾ ਹੁੰਦਾ ਹੈ ਨਾ ਤੇ ਜਿਹਦੇ ਕਰਕੇ ਨਾ ਕੰਪਿਊਟਰ ਸਹੀ ਤਰੀਕੇ ਨਾਲ ਵਰਕ ਨਹੀਂ ਕਰਦਾ। ਅਗਲਾ ਆਜੋ ਪੰਜਵਾਂ ਕੁਐਸਚਨ ਹੈ ਐਕਸਟੈਂਸ਼ਨ ਆਫ ਐਮ ਐਸ ਐਕਸਲ ਫਾਈਲ। ਦੇਖੋ ਐਮ ਐਸ ਐਕਸਲ ਦੀ ਪੁੱਛ ਰਿਆ ਹੈ ਹੈਨਾ? ਡਾਕੂਮੈਂਟ ਤੇ ਡੌਗ ਹੁੰਦੀ ਹੈ, ਪੀਪੀਡੀ ਦੀ ਆਹ ਹੁੰਦੀ ਹੈ ਤਾਂ ਜਿਹੜੀ ਐਕਸਲ ਦੀ ਫਾਈਲ ਦੀ ਆਹ ਹੁੰਦੀ ਹੈ ਕਿਹਦੇ ਐਕਸਟੈਂਸ਼ਨ ਹੋਗੀ ਹੁੰਦੀ ਹੈ? .xlsx ਜਾਂ ਫਿਰ .xls ਹੁੰਦੀ ਹੈ। ਠੀਕ ਹੈ ਜੀ। ਐਕਸਟੈਂਸ਼ਨ। ਅਗਲਾ ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਆ ਵਿਊ ਆਫ ਐਮ ਐਸ ਐਕਸਲ। ਕਹਿੰਦਾ ਪੇਜ ਲੇਆਉਟ ਤੇ ਪੇਜ 뷰 ਬ੍ਰੇਕ ਤੇ ਨਾਰਮਲ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਤਾਂ ਉਪਰੋਕਤ ਸਾਰੇ ਨਹੀਂ ਹਨ ਤਾਂ ਡੀ ਆਪਸ਼ਨ ਦਾ ਕਰੈਕਟ ਹੋ ਜੂ ਵਿੱਚ ਫੰਕਸ਼ਨ ਇਜ਼ ਯੂਜ਼ ਟੂ ਫਾਈਂਡ ਮਿਨੀਮਮ ਨੰਬਰ fromParams द 기ਵਨ ਰੇਜ ਤਾਂ ਬੱਚੇ ਕਿਹੜਾ ਫੰਕਸ਼ਨ ਯੂਜ਼ ਕੀਤਾ ਜਾਂਦਾ ਯੂਜ਼ ਕੀਤਾ ਜਾਂਦਾ ਮਿਨ ਫੰਕਸ਼ਨ ਦਾ ਨਾਮ ਕੀ ਆਏਗਾ ਮਿਨੀਮਮ ਦੇ ਲਈ ਮਿਨ ਹੈ ਅਗਲਾ ਇਹੜਾ 8ਵਾਂ ਕੁਐਸਚਨ ਸਾਡੇ ਕੋਲ ਪੈਂਦਾ ਕਹਿੰਦਾ ਡੈਸ਼ ਇਜ਼ ਦਾ ਪਾਵਰਫੁਲ ਟੂਲ ਆਫ ਐਮ ਐਸ ਐਕਸਲ ਯੂਜ਼ ਟੂ ਹੈਵ ਗ੍ਰਾਫੀਕਲ ਰਿਪਰੈਜ਼ੈਂਟੇਸ਼ਨ ਆਫ आवर ਡਾਟਾ ਇਨ ਐਮ ਐਸ ਐਕਸਲ ਤਾਂ ਇਹ ਕੀ ਹੁੰਦੇ ਬੱਚੇ ਚਾਰਟਸ ਹੁੰਦੇ ਨੇ ਕੀ ਹੁੰਦੇ ਨੇ ਚਾਰਟਸ ਨ ਨੈਕਸਟ ਕੁਐਸਚਨ ਹੈ ਵਿਚ ਆਰ ਵੈਲਿਡ ਟਾਈਪ ਆਫ ਚਾਰਟ ਇਨ ਐਮ ਐਕਸ ਐਕਸਲ ਵੈਲਿਡ ਟਾਈਪ ਦਸਣਾ ਬੱਚਿਆ ਰੱਖੋ ਆਪਸ਼ਨ ਦਿੱਤੇ ਹੋਏ ਨੇ ਤਾਂ ਇਹਦਾ ਕਰੈਕਟ ਆਪਸ਼ਨ ਕਿਹ ਹੋਊਗਾ ਸਰਫੇਸ ਉਸ ਤੋਂ ਬਾਅਦ ਰਡਾਰ ਤੇ ਬਾਰ ਸਰਫੇਸ ਰਡਾਰ ਐਂਡ ਬਾਰ ਦਸਵਾਂ ਕੁਐਸਚਨ ਹੈ ਸਾਡੇ ਕੋਲ ਡੈਸ਼ ਕਿਤੇ ਚਲਾ ਗਿਆ ਜੀ ਹਾਂ ਡੈਸ਼ ਇਜ਼ ਅ ਇੰਡੀਅਨ ਡਿਜੀਟਲ ਡਿਜੀਟਾਈਜੇਸ਼ਨ ਆਨਲਾਈਨ ਸਰਵਿਸ ਪ੍ਰੋਵਾਈਡਡ ਬਾਈ ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਅੰਡਰ ਡਿਜੀਟਲ ਇੰਡੀਆ ਇਨੀਸ਼ੀਏਟਿਵ ਹਾਂਜੀ ਬੱਚੇ ਹੁਣ ਇੱਥੇ ਸਾਡੇ ਕੋਲ ਹਾਂਜੀ ਦੇਖੋ ਪਹਿਲੀ ਜਿਹੜੀ ਬਲੈਂਕਸ ਆਜੂਗੀ ਇਹਦਾ ਸਾਡੇ ਕੋਲ கரੈਕਟ ਜਿਹੜਾ ਆਨਸਰ ਆਜੂਗਾ ਉਹ ਆਜੂਗਾ ਡੀਜੀ ਲੋਕਰ ਪਹਿਲੇ ਦਾ ਕੀ ਆਨਸਰ ਆਜੂਗਾ ਭਾਈ ਇੱਥਾ ਡੀਜੀ ਲੋਕਰ ਐਲਓਸੀ ਕੇਈਆਰ ਡੀਜੀ ਲੋਕਰ கரੈਕਟ ਇਹਦਾ ਆਨਸਰ ਬਣ ਜੂਗਾ ਠੀਕ ਹੈ ਜੀ ਇੱਕ ਸਕਿੰਟ ਰੁਕ ਜੋ ਚਲੋ ਠੀਕ ਹੈ ਜੀ ਪੰਜਾਬੀ ਦੇ ਵਿੱਚ ਕਿਵੇਂ ਡੀਜੀ ਲੋਕਰ ਲਿਖੋਗੇ ਤੁਸੀਂ ਇੱਥੇ ਮੈਂ ਪੰਜਾਬੀ ਵਿੱਚ ਲਿਖ ਦੇਣਾ ਇਹ ਆਜੂਗਾ ਡੀ ਜੀ ਲੋਕਰ ਲੋਕਰ ਠੀਕ ਹੈ ਜੀ ਕਲੀਅਰ ਹੋ ਗਿਆ ਅਗਲਾ ਕੁਐਸਚਨ ਆਜੋ ਕਹਿੰਦਾ ਆਪ ਵਰਕਬੁੱਕ ਆ ਵਰਕਬੁੱਕ ਇਸ ਕਲੈਕਸ਼ਨ ਆ ਕਹਿੰਦਾ ਵਰਕਬੁੱਕ ਆ ਦੀ ਕਲੈਕਸ਼ਨ ਹੁੰਦੀ ਆ ਇਹ ਵਰਕਬੁੱਕ ਕਲੈਕਸ਼ਨ ਹੁੰਦੀ ਆ ਵਰਕਸ਼ੀਟ ਦੀ ਕਾਦੀ ਹੁੰਦੀ ਆ ਭਾਈ ਵਰਕਸ਼ੀਟ ਦੀ ਇਦਾਂ ਲਿਖ ਲਵਾਂਗੇ ਵਰਕ ਤੇ ਨਾਲ ਕੀ ਆ ਗਿਆ ਸ਼ੀਟ ਵਰਕਸ਼ੀਟ ਦੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਵਿਚ ਆਬਜੈਕਟ ਵਿਚ ਆਬਜੈਕਟਸ ਕੈਨ ਬੀ ਐਡਡ ਇਨਾਂ ਵਰਕਸ਼ੀਟ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਕੀ ਐਡ ਕਰ ਸਕਦੇ ਆ ਬੱਚੇ ਇਹਦਾ ਕਰੈਕਟ ਆਪਸ਼ਨ ਆਨਸਰ ਆ ਜੂਗਾ ਸੈੱਲ ਚਾਰਟਸ ਹੈਨਾ ਤੇ ਨਾਲ ਕੀ ਆ ਜੂਗਾ ਰੋਜ਼ ਸੈੱਲ ਚਾਰਟਸ ਤੇ ਰੋਜ਼ ਆ ਜੂਗਾ ਅਗਲਾ ਆਜੋ ਫੁੱਲ ਫਾਰਮ ਆਫ ਵੈਨ ਪੁੱਛਿਆ ਤਾਂ ਵੈਨ ਦੀ ਫੁੱਲ ਫਾਰਮ ਹੁੰਦੀ ਹੈ ਵਾਈਡ ਏਰੀਆ ਨੈਟਵਰਕ ਕੀ ਹੁੰਦੀ ਹੈ ਵਾਈਡ ਏਰੀਆ ਨੈਟਵਰਕ ਠੀਕ ਹੈ ਜੀ ਤੇ ਪੈਨ ਦੀ ਹੁੰਦੀ ਹੈ ਪਰਸਨਲ ਏਰੀਆ ਨੈਟਵਰਕ ਪਰਸਨਲ ਏਰੀਆ ਨੈਟਵਰਕ ਠੀਕ ਹੈ ਜੀ ਦੋਨਾਂ ਦੀ ਕਲੀਅਰ ਹੋ ਗਈ ਵਾਈਡ ਏਰੀਆ ਨੈਟਵਰਕ ਤੇ ਪਰਸਨਲ ਏਰੀਆ ਨੈਟਵਰਕ ਠੀਕ ਹੈ ਜੀ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਚਾਹੀਦੀ ਹੈ ਚਲੋ ਜਿਨ੍ਹਾਂ ਨੇ ਇੰਗਲਿਸ਼ ਸਿਖੂਗਾ ਉਹਨੂੰ ਪੜ੍ਹ ਲਾਤਾ ਹੋਊਗਾ ਮੈਂ ਨਾਲ ਇਹਨੂੰ ਪੰਜਾਬੀ ਵਿੱਚ ਲਿਖ ਦਿੰਦਾ ਇਹ ਹੂੰ ਦੇਖੋ ਆ ਲਿਖੋਗੇ ਵਾਈਡ ਏਰੀਆ ਨੈਟਵਰਕ ਤੇ ਜਿਹੜੇ ਇੰਗਲਿਸ਼ ਨੇ ਉਹਨਾਂ ਅਸਤ ਸੀਗੀ ਵੀਡੀਓ ਨੂੰ ਮੜਾ ਪਿੱਛੇ ਕਰਕੇ ਦੁਬਾਰਾ ਦੇਖ ਲਿਓ ਪਰਿਸ਼ਕਾਤੀਆ ਵਾਈਡ ਏਰੀਆ ਦੇ ਨਾਲ ਕੀ ਆ ਜੂਗਾ ਨੈਟਵਰਕ ਨੈਟ ਵਰਕ ਠੀਕ ਹੈ ਜੀ ਦੂਜਾ ਕਿਹੜਾ ਹੁੰਦਾ ਪਰਸਨਲ ਏਰੀਆ ਨੈਟਵਰਕ ਪਰਸਨਲ ਏਰੀਆ ਨੈਟਵਰਕ ਠੀਕ ਹੈ ਜੀ ਕਲੀਅਰ ਹੋ ਗਿਆ ਹੋਊਗਾ ਦੋਨੇ ਕੁਐਸਚਨ ਹੀ ਅਗਲੇ ਸਾਡੇ ਕੋਲ ਜਿਹੜੇ ਆਉਂਦੇ ਨੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਟ੍ਰੂ ਐਂਡ ਫੋਰ ਸਟਾਰਟ ਹੋ ਜਾਣਗੇ ਸਾਡੇ ਕੋਲ ਦਾ 프로토콜ਸ ਆਰ ਦਾ ਸੈਟ ਆਫ ਰੂਲ ਬਾਏ ਵਿਚ ਡਾਟਾ ਟ੍ਰਾਂਸਮਿਸ਼ਨ ਟੇਕ ਪਲੇਸ ਬਿਟਵੀਨ ਨੋਡਸ ਸਹੀ ਜਾਂ ਗਲਤ ਦਾ ਕਰੈਕਟ ਆਪਸ਼ਨ ਕੀ ਆਜੂਗਾ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਤਾਂ ਪਹਿਲਾ ਦਾ ਕੀ ਆਜੂਗਾ ਸਹੀ ਅਗਲਾ Google Drive Google Drive does not allow us to store and share files online ਕਹਿੰਦਾ Google Drive ਸਾਨੂੰ ਆਨਲਾਈਨ ਡਾਟਾ ਸੇਵ ਕਰਨ ਲਈ ਨਹੀਂ ਦਿੰਦੀ ਤਾਂ ਇਹ ਗਲਤ ਹੈ ਆਪਾਂ ਤਾਂ ਆਨਲਾਈਨ ਡਾਟਾ ਤੇ ਸੇਵ ਕਰ ਸਕਦੇ ਹਾਂ ਠੀਕ ਹੈ ਜੀ ਦਾ ਇਹਦਾ ਆਪਸ਼ਨ கரெક્ટ ਕੀ ਆਪਸ਼ਨ ਹੋ ਜੂਗਾ ਫਾਲਸ ਹੋ ਜੂਗਾ ਯਾਨੀ ਇਹਦਾ ਆ ਜੂਗਾ ਗਲਤ ਠੀਕ ਹੈ ਜੀ ਫਾਲਸ ਤੇ ਕਲਿੱਕ ਕਰਨਾ ਯਾਨੀ ਗਲਤ ਵਾਲਾ ਆਪਸ਼ਨ ਡਨ ਅਗਲਾ ਆ ਜੋ ਪੰਜਵਾਂ ਕੁਐਸਚਨ 올 ਕਾਲਮ ਆਫ ਐਮ ਐਕਸ ਐਕਸਲ ਰਿਪਰੈਜ਼েন্টেਡ ਬਾਈ ਹਾਂ ਇੱਕ ਸੈਕਿੰਡ 올 ਕਾਲਮ ਆ ਰਿਪਰੈਜ਼েন্টেਡ ਬਾਈ ਦਾ ਇਹਦਾ ਬੱਚੇ கரெક્ટ ਆਪਸ਼ਨ ਸਾਡੇ ਕੋਲ ਠੀਕ ਹੈ ਜੀ ਕਿ ਜਿਹੜੇ ਰਿਪਰੈਜ਼েন্টেਡ ਬਾਈ ਸਟਾਰਟਿੰਗ ਵਿਦ 1 ਇਹ ਵੀ ਗਲਤ ਆ ਜੂਗਾ ਅਗਲਾ ਸਮ ਐਂਡ ਮੀਨ ਆਰ ਦਾ ਐਗਜ਼ਾਮਪਲ ਆਫ ਚਾਰਟ ਟਾਈਮ ਐਮ ਐਕਸਲ ਇਹ ਵੀ ਕੀ ਹੋ ਜੂਗਾ ਗਲਤ ਹੋ ਜੂਗਾ ਅਗਲਾ ਰਾਈਟ ਦਾ ਸ਼ਾਰਟਕਟ ਕੀ ਟੂ ਕ੍ਰੀਏਟ ਅ ਨਿਊ ਫਾਈਲ ਦਾ ਨਿਊ ਫਾਈਲ ਨੂੰ ਕ੍ਰੀਏਟ ਕਰਨ ਲਈ ਸ਼ਾਰਟਕਟ ਕੀ ਹੁੰਦੀ ਹੈ ਕੰਟਰੋਲ ਪਲੱਸ ਐਨ ਕੀ ਹੁੰਦੀ ਹੈ ਕੰਟਰੋਲ ਪਲੱਸ ਐਨ ਠੀਕ ਹੈ ਜੀ ਤੇ ਇਹਦਾ ਕੀ ਆ ਗਿਆ ਕੰਟਰੋਲ ਪਲੱਸ ਐਨ ਅਗਲਾ ਦਿੱਤਾ ਹੈ ਰਾਈਟ ਦਾ ਸ਼ਾਰਟਕਟ ਕੀ ਟੂ ਫਿਲ ਦਾ ਫਿਲ ਡਾਊਨ ਇਨ ਐਮ ਐਕਸਲ ਦਾ ਇਹਦਾ ਕਰੈਕਟ ਆਨਸਰ ਆ ਜੂਗਾ ਕੰਟਰੋਲ ਪਲੱਸ ਡੀ ਕੀ ਹੋ ਜੂ ਕੰਟਰੋਲ ਪਲੱਸ ਡੀ ਹੋ ਜੂ ਨੈਕਸਟ ਬੱਚੇ ਸਾਡੇ ਕੋਲ ਕੁਐਸਚਨ ਆਨਸਰ ਆਉਂਦੇ ਨੇ ਭਾਗ ਪਾੜਵੀ ਦੇ ਵਿੱਚ ਰਾਈਟ ਦਾ ਨੇਮ ਆਫ ਕੰਪੋਨੈਂਟ ਆਫ ਡਾਟਾ ਕਮਿਊਨੀਕੇਸ਼ਨ ਠੀਕ ਹੈ ਜੀ ਡਿਫਾਈਨ ਨੈਟਵਰਕ ਇੰਟਰਫੀਰੈਂਸ ਕਾਰਡ ਦੋਨੋਂ ਆਪਾਂ ਇੰਗਲਿਸ਼ ਪੰਜਾਬੀ ਮੀਡੀਅਮ ਚ ਲਿਖੇ ਹੋਏ ਨੇ ਆ ਦੇਖੋ ਆ ਸਾਰੇ ਕੁਸ਼ਨ ਇੱਕ ਵਾਰ ਰੀਡ ਕਰ ਲਿਓ ਪਹਿਲਾ ਕੁਸ਼ਨ ਸੀਗਾ ਰਾਈਟ ਦਾ ਨੇਮ ਆਫ ਕੰਪੋਨੈਂਟ ਆਫ ਡਾਟਾ ਕਮਿਊਨੀਕੇਸ਼ਨ ਕੀ ਹੁੰਦਾ ਸੈਂਡਰ ਮੀਡੀਅਮ ਰੀਸੀਵਰ ਤੇ ਪ੍ਰੋਟੋਕੋਲ ਅਗਲਾ ਉਹੀ ਡਾਟਾ ਸੰਚਾਰ ਦੇ ਭਾਗ ਬੱਚੇ ਨੂੰ ਤੁਸੀਂ ਪੜ ਲੈਣਾ ਸੈਂਡਰ ਮਾਧਿਅਮ ਰੀਸੀਵਰ ਦੇ ਪ੍ਰੋਟੋਕੋਲ ਅਗਲਾ ਕੁਸ਼ਨ ਹੈ ਡਿਫਾਈਨ ਨੈਟਵਰਕ ਇੰਟਰਫੀਰੈਂਸ ਕਾਰਡ ਅ ਨੈਟਵ it hmm. is a printed circuit board pcb it is installed on a motherboard inside a system unit so that computer can be connected to network it should be fitted in each client and server network there are two types of network jeda honda ethernet card te wireless card agla jeda aauga aa dekho punjabi de vich vi lagya hoya enu aaram na apna read kar lena what is digilocker digilocker in indian digitization online service this service is provided by ministry of electronics and information technology डिजिटल लॉकर प्रोवाइड एन अकाउंट इन क्लाउड ऑफ एवरी आधार कार्ड होल्डर इट प्रोवाइड एक्सेस टू ऑथेंटिकेट सर्टिफिकेट्स such as ड्राइविंग लाइसेंस व्हीकल रजिस्ट्रेशन आरसी और डीएमसी ठीक है बच्चे ये थोड़ा क्वेश्चन का अगले का आंसर सीगा हम नेक्स्ट सवाल इक्वल डिजिटल लॉकर तो बाहर आंदा व्हाट आर द यूजेस ऑफ एमएस एक्सेल ठीक है जी आई सीगा अगला क्वेश्चन हां देखो पुरानाला क्वेश्चन भी देख लियो हां हां जी आ देखो अगला क्वेश्चन है छवा क्वेश्चन व्हाट आर द यूजेस ऑफ एक्सेल ते उस तो बार एक्सप्लेन रिबन ਤਾਂ ਦੇਖੋ ਯੂਜ਼ੀ ਤੋਂ ਐਮ ਐਕਸਲ ਕੀ ਆ ਗਿਆ ਯੂਜ਼ ਫॉर ਮੈਥਮੈਟੀਕਲ ਕੈਲਕੂਲੇਸ਼ਨ ਡਾਟਾ ਕੈਨ ਬੀ ਰਿਪਰੈਜ਼ੈਂਟਡ ਗ੍ਰਾਫੀਕਲ ਫਾਰਮਸ ਕੈਨ ਬੀ ਰਿਪਰੈਜ਼ੈਂਟ ਪ੍ਰੇਪੇਅਰ ਸਕੂਲ ਟਾਈਮ ਟੇਬਲ ਬਣਾਉਣ ਲਈ ਕੰਮ ਆਉਂਦਾ ਹੈ ਨਾ ਤੇ ਸੈਲਰੀਜ਼ empioyee ਸੀ ਬਣਾਉਣ ਦੇ ਕੰਮ ਆਉਂਦਾ ਆ ਦੇਖੋ ਕਰਮਚਾਰੀ ਦਨ ਖਾਹਾਂ ਸੰਬੰਧੀ ਵਿਦਿਆਰਥੀ ਨਤੀਜੇ ਤਿਆਰ ਕਰਨ ਲਈ ਸਕੂਲ ਦਾ ਟਾਈਮ ਟੇਬਲ ਬਣਾਉਣ ਦੇ ਲਈ ਅਗਲਾ ਕੁਸ਼ਚਨ ਸੀ ਐਕਸਪਲੇਨ ਰਿਬਨ ਇਨ ਐਮ ਐਸ ਐਕਲ ਐਕਸ ਮੈਸ ਐਕਲ ਵਿੱਚ ਰਿਬਨ ਦਾ ਕੀ ਕੰਮ ਹੈ ਕਹਿੰਦਾ ਮਾਈਕਰੋਸਾਫਟ ਐਕਸਲ ਇਨ ਇਸ ਦਾ ਪੈਨਲ ਆਫ ਟੈਬ ਐਂਡ ਆਈਕਨਸ ਐਟ ਦਾ ਟਾਪ ਆਫ ਐਮ ਐਸ ਐਕਸਲ ਵਿੰਡੋ ਐਕਸਲ ਰਿਬਨ ਕੰਟੇਨ ਐਟ ਮੋਸਟ ਹੈ ਨਾ ਆਲਮੋਸਟ ਆਲ ਦਾ ਕਮਾਂਡਸ ਐਂਡ ਫੀਚਰ ਦੈਟ ਵੀ uh use the during the work in ms excel all the commands are organized into different tabs based on their functionality tabs commands are logically subdivided into groups there are seven tabs in ms excel home insert are dekho are here home are insert page layout formula te data review te view theek hai ji अगला क्वेश्चन सी का साढ़े वट डू मीन बाय फॉर्मैटिंग फॉर्मैटिंग रैफर टू चेंज इन अपीरेंस ऑफ कंटेंट जिम्मे किसी चीज का मतलब फॉर्मैट चेंज करना हो फमेटिंग यूज करते हैं वी कैन फॉर्मैट डाटा इन मैनी टाइप्स फॉर्मैटिंग मेक्स अवर डाटा मोर रीडेबल Uh, there are many tool in ms excel which can be used to format text and cell it include changing the color style a sab cheez nu jivein ki color change karna style change karna e sari ki hundi hai formatting de hi tool ne theek hai ji next question hai sade kol next question to pehla bache hal tak kare channel nu subscribe nahi kareya channel nu subscribe kar lo video wadiya lag rahi hoye video nu like kar deo jehde punjabi medium de vidyarthi ne unna layi vi sara sara question punjabi vich vi likhe hoye ne what which type of formatting can be used in cell style that is cell border aligning ਉਸ ਵਾਰ ਕਿਨਾਂ ਚੇਂਜ ਇਨ ਓਰੀਐਂਟੇਸ਼ਨ ਰੈਪਿੰਗ ਤੇ ਅਪਲਾਈਂਗ ਨੰਬਰ ਉਸ ਤੋਂ ਬਾਅਦ ਭਾਗ ਸੀ ਸਾਡੇ ਕੋਲ ਸਟਾਰਟ ਹੋਏਗਾ ਪਾਰਟ ਸੀ ਠੀਕ ਹੈ ਜੀ ਤੇ ਇਹਦੇ ਵਿੱਚ ਹਰੇਕ ਪਾਰਟ ਦੇ ਵਿੱਚ ਦੋ ਕੁਐਸਚਨ ਹੋਣਗੇ ਆਪਾਂ ਨੂੰ ਇੱਕ ਕਰਨਾ ਹੋਏਗਾ ਪਹਿਲਾ what is network explain the advantage and disadvantages ਠੀਕ ਹੈ ਜੀ ਤਾਂ ਚਲੋ ਸਟਾਰਟ ਕਰਦੇ ਆ ਪਹਿਲਾਂ ਹੂੰ ਅ ਨੈਟਵਰਕ ਇਜ਼ ਅ ਇੰਟਰਕਨੈਕਸ਼ਨ ਆਫ ਟੂ অর ਮੋਰ ਕੰਪੋਨੈਂਟ ਥੀਸ ਕੰਪਿਊਟਰ ਆਰ ਕਨੈਕਟਿਡ ਵਿਦ ਈਚ ਅਦਰ ਯੂজিং ਸਮ ਕਮਿਊਨੀਕੇਸ਼ਨ ਚੈਨਲ ਸੋ ਥੈਟ ਫਾਈਲ ਕੈਨ ਬੀ ਐਕਸਚੇਂਜਡ ਰਿਸੋਰਸਸ ਕੈਨ ਬੀ ਸ਼ੇਅਰਡ ਐਂਡ ਕਮਿਊਨੀਕੇਸ਼ਨ ਟੇਕ ਅ ਪਲੇਸ ਕੀ ਹੁੰਦਾ ਮਤਲਬ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੇ ਕੋਈ ਫਾਈਲ ਟ੍ਰਾਂਸਫਰ ਕਰਨੀ ਹੋਵੇਗਾ ਡਾਟਾ ਟ੍ਰਾਂਸਫਰ ਕਰਨੀ ਹੋਵੇ ਤਾਂ ਨੈਟਵਰਕ ਦੀ ਸਾਨੂੰ ਲੋੜ ਪੈਂਦੀ ਹੈ ਠੀਕ ਹੈ ਜੀ ਡਾਟਾ ਇਨਫੋਰਮੇਸ਼ਨ ਕੈਨ ਬੀ ਸ਼ੇਅਰਡ ਈਜ਼ੀਲੀ ਐਡਵਾਂਟੇਜ ਕੀ ਹੈ ਹਾਰਡਵੇਅਰ ਸੌਫਟਵੇਅਰ ਕ ਸ਼ੇਅਰਡ ਫਾਸਟਰ ਇਨ ਨੈਟਵਰਕ ਡਿਸਐਡਵਾਂਟੇਜ ਕੀ ਨੇ ਇਫ ਆ ਸੈਂਟਰ ਸੈਂਟਰ ਨੈਟਵਰਕ ਫੇਲ ਆਲ ਸੈਂਟਰ ਸਿਸਟਮ ਬ੍ਰੇਕਸ ਇਟ ਇਸ ਡਿਫਿਕਲਟ ਟੂ ਮੈਨੇਜ ਨੈਟਵਰਕ ਇਟ ਇਸ ਕਾਸਟਲੀ ਟੂ ਮੇਕ ਆ ਨੈਟਵਰਕ ਠੀਕ ਹੈ ਜੀ ਆ ਪੰਜਾਬੀ ਦੇ ਵਿੱਚ ਵੀ ਤੁਹਾਡੇ ਲਈ ਲਿਖਿਆ ਹੋਇਆ ਅਗਲਾ ਸੀਗਾ ਇਹਦੇ ਵਿੱਚ ਐਕਸਪਲੇਨ ਦਾ ਵੇਰੀਅਸ ਕੰਪੋਨੈਂਟ ਆਫ ਨੈਟਵਰਕ ਤਾਂ ਕੰਪੋਨੈਂਟ ਕਿਹੜੇ ਆਂਦੇ ਆ ਪਹਿਲਾਂ ਇਹ ਕੰਪਿਊਟਰ ਆ ਗਿਆ ਕੰਪੋਨੈਂਟ ਲਿਖਣੇ ਸੀ ਕੰਪਿਊਟਰ ਕੀ ਹੈ ਦਾ ਮੇਨ ਫੰਕਸ਼ਨ ਆਫ द मेन फंक्शन ऑफ नेटवर्क इज टू कनेक्ट द कंप्यूटर्स ठीक है उस तो बाद आया ना नेटवर्क इंटरफेरेंस कार्ड है बड़ा इंपॉर्टेंट है एनआईसी दी फुल फॉर्म भी पूछी जाती होती है this is a computer circuit board card it is used to connect to a computer network theek hai ji uske baad na hub and switch hub is a hardware